ਸਿੱਖੀ ਦੀ ਵਿਲੱਖਣਤਾ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਇਸ ਨੂੰ ਬਹੁਤ ਸਾਰੀਆਂ ਨਿਆਰੀਆਂ ਵਿਸ਼ੇਸ਼ਤਾਈਆਂ ਬਖਸ਼ੀਆਂ ਨੇ, ਜਿਸ ਦੇ ਵਿੱਚ ਗੁਰਮਤਿ ਸੰਗੀਤ ਇੱਕ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਗੁਰਮਤਿ ਸੰਗੀਤ ਦੀ ਆਰੰਭਤਾ ਹੋ ਜਾਂਦੀ ਹੈ, ਜਿਸ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਸਾਹਿਬ ਵੱਲੋਂ ਆਰੰਭ ਕੀਤੀ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਅੱਜ ਵੀ ਸਾਡੇ ਸਤਿਕਾਰਯੋਗ ਰਾਗੀ ਸਾਹਿਬਾਨ ਬਾ ਦਸਤੂਰ ਨਿਭਾ ਰਹੇ ਨੇ, ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਅਤੇ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਇੱਕ ਅਜਿਹੇ ਹੀ ਗੁਰੂ ਘਰ ਦੇ ਕੀਰਤਨੀਆਂ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ, ਜੋ ਆਪ ਜੀ ਦੇ ਰੂਬਰੂ ਅੱਜ ਹੋਣਗੇ ਉਹ ਨੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਕਰਦੇ ਹਾਂ ਪੰਥ ਦੇ ਬਹੁਤ ਹੀ ਸੁਰੀਲੇ ਅਤੇ ਗੁਰੂ ਰਾਮਦਾਸ ਜੀ ਦੇ ਦਰਘਰ ਤੋਂ ਨਿਵਾਜੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹੋਰਾਂ ਨਾਲ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ ਦੇ ਵਿੱਚ ਅਜਿਹਾ ਕਿਹੋ ਜਿਹਾ ਮਾਹੌਲ ਸੀ ਕਿ ਜਿਹੜੇ ਮਾਹੌਲ ਨੇ ਮਨਿੰਦਰ ਸਿੰਘ ਨੂੰ ਇੱਕ ਕੀਰਤਨੀਆ ਬਣਾ ਦਿੱਤਾ, ਗੁਰੂ ਘਰ ਦਾ ਸੇਵਾਦਾਰ ਬਣਾ ਦਿੱਤਾ? ਸਾਡੇ ਪਰਿਵਾਰ ਦੇ ਵਿੱਚ ਨਾ ਬਾਈ ਪ੍ਰੋਫੈਸ਼ਨ ਕੋਈ ਕੀਰਤਨੀਆਂ ਨਹੀਂ ਸੀਗਾ, ਪਰ ਮੇਰੇ ਪਿਤਾ ਜੀ ਜਿਨ੍ਹਾਂ ਨੇ ਮੈਨੂੰ ਲਗਨ ਲਾਈ ਇਸ ਪਾਸੇ, ਉਹ ਮੈਨੂੰ ਛੋਟੀਆਂ ਛੋਟੀਆਂ ਕਵਿਤਾਵਾਂ ਤਿਆਰ ਕਰਕੇ ਨਾ, ਅਤੇ ਮੈਨੂੰ ਸਟੇਜ ਦੇ ਉੱਤੇ ਨਾ ਉਹ ਪ੍ਰੋਗਰਾਮ, ਜਿਸ ਤਰ੍ਹਾਂ ਹੁਣ ਵਿਸਾਖੀ ਦਾ ਪ੍ਰੋਗਰਾਮ ਹੈ ਅਤੇ ਜਾਂ ਕੋਈ ਸ਼ਹੀਦੀ ਗੁਰਪੁਰਬ ਹੈ ਜਾਂ ਗੁਰੂ ਸਾਹਿਬ ਜੀ ਦੇ, ਉਹਨਾਂ 'ਤੇ ਨਾ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਮੈਨੂੰ ਤਿਆਰ ਕਰਕੇ ਤੋਂ ਕਰਵਾਉਂਦੇ ਹੁੰਦੇ ਸੀ। ਉਦੋਂ ਮੇਰੀ ਉਮਰ ਸ਼ਾਇਦ 6 ਸਾਲ ਦੀ ਹੋਊਗੀ ਮੈਕਸੀਮਮ, ਅਤੇ ਮੇਰੇ ਧਿਆਨ 'ਚ ਇੱਕ ਕਵਿਤਾ ਹੈਗੀ ਆ, ਅਜੇ ਵੀ ਮੈਨੂੰ ਯਾਦ ਹੈ ਥੋੜ੍ਹੀ ਥੋੜ੍ਹੀ। ਉਹਨਾਂ ਨੇ ਮੈਨੂੰ ਵਿਸਾਖੀ ਦੇ ਸੰਬੰਧ ਵਿੱਚ ਇੱਕ ਕਵਿਤਾ ਤਿਆਰ ਕਰਵਾਈ ਸੀ। ਜ਼ਾਲਮ ਨੇ ਅੱਤ ਮਚਾਈ ਜਦ ਚੜ੍ਹਿਆ ਸੀ ਨਸ਼ਾ ਖੁਮਾਰੀ ਦਾ, ਜਿਸ ਧਰਮ ਦੇ ਘਰ ਵਿੱਚ ਹਿੰਦ ਵੱਸਦੀ, ਘਰ ਲੁੱਟ ਲਿਆ ਹਿੰਦ ਵਿਚਾਰੀ ਦਾ। ਕੀ ਬਾਤ ਹੈ! ਰੋ ਰੋ ਕੇ ਧਰਤ ਪੁਕਾਰ ਪਈ, ਮੈਥੋਂ ਨਹੀਂ ਭਾਰ ਸਹਾਰੀ ਦਾ, ਦੇਖਾਂਗੀ ਕਦ ਤੱਕ ਚਰਖੀ 'ਤੇ ਜਿੰਦੇ ਹੀ ਸਿੱਖ ਨੂੰ ਚਾੜੀ ਦਾ। ਭੱਖ ਦੇ ਅੰਗਿਆਰ ਬੁਝਾ ਆ ਕੇ ਹੁਣ ਤੇਰੇ ਆਉਣ ਦਾ ਵੇਲਾ ਏ, ਕਿਹੜੇ ਦਿਨ ਹੱਸ ਹੱਸ ਗਾਵਾਂਗੇ, ਆਪੇ ਗੁਰ ਆਪੇ ਚੇਲਾ ਏ। ਇਹ ਮੈਨੂੰ ਪੰਕਤੀਆਂ ਜਿਹੜੀਆਂ ਮੇਰੇ ਪਿਤਾ ਜੀ ਨੇ ਤਿਆਰ ਕਰਵਾਈਆਂ ਸੀ ਮੇਰੇ ਧਿਆਨ 'ਚ ਅੱਜ ਵੀ ਨੇ, ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਕੋਈ ਗੁਰਮਤਿ ਸੰਗੀਤ ਦੇ ਨਾਲ ਖੁਦ ਵੀ ਉਹ ਲਗਾਅ ਰੱਖਦੇ ਸੀ ਜਾਂ ਸੁਣਦੇ ਸੀ? ਨਹੀਂ, ਗੁਰਮਤਿ ਸੰਗੀਤ ਦੇ ਨਾਲ ਉਹਨਾਂ ਦਾ ਰੁਝਾਨ ਨਹੀਂ ਸੀਗਾ, ਉਹਨਾਂ ਦਾ ਰੁਝਾਨ ਸੀਗਾ ਕਵਿਤਾਵਾਂ ਵੱਲ, ਅਤੇ ਜਾਂ ਢਾਡੀ ਜੱਥਿਆਂ ਨੂੰ ਉਹ ਬਹੁਤ ਸ਼ੌਂਕ ਨਾਲ ਸੁਣਦੇ ਸੀ। ਕੀ ਬਾਤ ਹੈ! ਅਤੇ ਫਿਰ ਸ਼ੁਰੂਆਤ ਕਿੱਥੋਂ ਹੋਈ, ਕਿੱਥੋਂ ਸਿੱਖਣਾ ਸ਼ੁਰੂ ਕੀਤਾ, ਸਭ ਤੋਂ ਪਹਿਲੇ ਉਸਤਾਦ ਕੌਣ ਸਨ ਤੁਹਾਡੇ? ਸ਼ੁਰੂਆਤ ਮੇਰੀ ਉਮਰ ਉਦੋਂ 11 ਸਾਲ ਦੀ ਸੀਗੀ 1986 ਦੇ ਵਿੱਚ, ਅਤੇ ਮੈਂ ਸਕੂਲ ਟਾਈਮ ਜਦੋਂ ਸਕੂਲੇ ਪੜ੍ਹਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ, ਉਦੋਂ ਸਕੂਲ ਦੇ ਵਿੱਚ ਜਿਹੜੇ ਗਰੁੱਪ ਸ਼ਬਦ ਦੀ ਟੀਮ ਤਿਆਰ ਕਰਦੇ ਨੇ, ਉਦੋਂ ਸਾਡੇ ਮੇਰੇ ਜਿਹੜੇ ਪਹਿਲੇ ਉਸਤਾਦ ਸੀਗੇ ਜਿਨ੍ਹਾਂ ਕੋਲੋਂ ਮੈਂ ਪਹਿਲਾ ਸ਼ਬਦ ਸਿੱਖਿਆ ਸੀਗਾ, ਉਹ ਭਾਈ ਸੁਰਿੰਦਰ ਸਿੰਘ ਜੀ ਸੀ ਸਕੂਲ ਦੇ ਵਿੱਚ ਹੀ। ਸਕੂਲ ਦੇ ਵਿੱਚ? ਅੱਛਾ, ਸਕੂਲ ਦੇ ਵਿੱਚ ਉਦੋਂ ਸੰਗੀਤ ਦੇ ਅਧਿਆਪਕ ਸਨ? ਹਾਂਜੀ, ਉਹ ਸੰਗੀਤ ਦੇ ਅਧਿਆਪਕ ਸਨ। ਕੀ ਬਾਤ ਹੈ! ਸਤਸੰਗ ਜੀ, ਇੱਥੇ ਇੱਕ ਵੇਖੋ ਨੁਕਤਾ ਕਿੰਨਾ ਵਿਚਾਰਨਯੋਗ ਹੈ ਕਿ ਜਦੋਂ ਵੀ ਕਿਸੇ ਮੰਜ਼ਿਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹਦੀ ਯਾਤਰਾ ਜਿਹੜੀ ਹੈ ਉਹ ਸਕੂਲ ਦੇ ਵਿੱਚੋਂ ਸ਼ੁਰੂ ਹੋ ਜਾਂਦੀ ਹੈ ਜਾਂ ਘਰ ਦੇ ਵਿੱਚੋਂ ਸ਼ੁਰੂ ਹੋ ਜਾਂਦੀ ਹੈ। ਗੱਲ ਇਹ ਹੈ ਕਿ ਤੁਹਾਡੀ ਉਂਗਲ ਫੜਨ ਵਾਲਾ ਕੌਣ ਹੈ, ਤੁਹਾਨੂੰ ਰਸਤਾ ਦਿਖਾਉਣ ਵਾਲਾ ਕੌਣ ਹੈ? ਜੇਕਰ ਤੁਹਾਨੂੰ ਇੱਕ ਚੰਗਾ ਉਸਤਾਦ ਮਿਲ ਜਾਂਦਾ, ਚੰਗਾ ਅਧਿਆਪਕ ਮਿਲ ਜਾਂਦਾ, ਤਾਂ ਉਹ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਇੱਕ ਛੋਟਾ ਜਿਹਾ ਬੱਚਾ ਮਨਿੰਦਰ ਸਿੰਘ ਸਕੂਲ ਦੇ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰਦਾ ਅਤੇ ਅੱਜ ਦੁਨੀਆ ਦੇ ਵਿੱਚ ਸਿੱਖ ਪੰਥ ਦੇ ਵਿੱਚ ਇੱਕ ਨਾਮ ਹੈ, ਔਰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਉਹ ਕੀਰਤੀ ਗਾਇਨ ਕਰਦੇ ਆ ਇੱਕ ਉਸਤਾਦ ਦੀ ਵਜ੍ਹਾ ਕਰ। ਸੋ ਭਾਈ ਸਾਹਿਬ, ਫਿਰ ਕਈ ਵਾਰੀ ਜਦੋਂ ਤੁਸੀਂ ਕੀਰਤਨ ਕਰਦੇ ਹੋ ਜਾਂ ਰਿਆਜ਼ ਕਰਦੇ ਹੋ, ਰਿਆਜ਼ ਕਰਦਿਆਂ ਮਨ ਇੱਧਰ ਉੱਧਰ ਭਟਕਦਾ,
ਦਿਲ ਨਹੀਂ ਕਰਦਾ ਰਿਆਜ਼ ਕਰਨ ਨੂੰ ਕਈ ਵਾਰੀ, ਫਿਰ ਕਿਵੇਂ ਬੰਨਦੇ ਹੋ ਇਸ ਨੂੰ? ਉਹ ਟਾਈਮ ਖੈਰ ਹੁਣ ਤਾਂ ਨਹੀਂ ਸਾਡੇ, ਕਿਉਂਕਿ ਮੌਜੂਦਾ ਟਾਈਮ ਤਾਂ ਅਸੀਂ ਉਸ ਦੌਰ ਦੇ ਵਿੱਚੋਂ ਨਿਕਲ ਆਏ ਹਾਂ। ਅਤੇ ਜਦੋਂ ਰਿਆਜ਼ ਕਰਨ ਅਸੀਂ ਬੈਠਦੇ ਸੀਗੇ, ਮਨ ਕਈ ਵਾਰੀ ਅੱਕ ਜਾਂਦਾ, ਥੱਕ ਵੀ ਜਾਂਦਾ, ਅਤੇ ਫਿਰ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਨਾ, ਅਸੀਂ ਉਹਨਾਂ ਨੂੰ ਕੰਠ ਕਰਨ ਦੇ ਵਿੱਚ ਟਾਈਮ ਜਿਹੜਾ ਨਾ ਲਾਉਂਦੇ ਸੀ। ਸਾਡੇ ਉਸਤਾਦ ਜੀ ਨੇ ਇੱਕ ਗੱਲ ਕਹੀ ਸੀਗੀ ਕਿ ਅਗਰ ਕੀਰਤਨ ਸਿੱਖਣਾ ਤਾਂ ਅੱਕਣਾ ਨਹੀਂ, ਥੱਕਣਾ ਨਹੀਂ ਅਤੇ ਝੱਕਣਾ ਨਹੀਂ। ਕੀ ਬਾਤ ਹੈ! ਤਿੰਨੇ ਚੀਜ਼ਾਂ, ਇਹ ਤਿੰਨ ਚੀਜ਼ਾਂ ਜਿਹੜੀਆਂ ਕਹਿੰਦੇ ਆਪਣੇ ਧਿਆਨ 'ਚ ਰੱਖਣੀਆਂ, ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਜਿਹੜੀ ਆ ਉਹ ਹਮੇਸ਼ਾ। ਝੱਕਣਾ ਨਹੀਂ, ਅੱਕਣਾ ਨਹੀਂ, ਥੱਕਣਾ ਨਹੀਂ, ਇਹ ਤਿੰਨੇ ਚੀਜ਼ਾਂ ਆਤਮ ਵਿਸ਼ਵਾਸ ਦੇ ਨਾਲ ਸੰਬੰਧਿਤ ਹੈ। ਬਿਲਕੁਲ ਭਾਈ ਸਾਹਿਬ, ਅਤੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਉਹ ਆਤਮ ਵਿਸ਼ਵਾਸ ਭਰਦੇ ਸੀ ਫਿਰ, ਹੈ ਨਾ? ਜਦੋਂ ਅਸੀਂ ਮਤਲਬ ਕਿ ਰਿਆਜ਼ ਕਰਨ ਬੈਠਦੇ ਹਾਂ ਤਾਂ ਮਨ ਦੇ ਵਿੱਚ ਵਾਰ ਵਾਰ ਹੁੰਦਾ ਕਿ ਅਸੀਂ ਇਹ ਕੰਮ ਕਰਨਾ ਹੈ, ਅਤੇ ਇਹਨੂੰ ਕਰਕੇ ਤਾਂ ਫਿਰ ਅਸੀਂ, ਮਤਲਬ ਇੱਕ ਟੀਚਾ ਦੇ ਦਿੰਦੇ ਹਾਂ, ਇਹ ਅਸੀਂ ਕਰਕੇ ਤਾਂ ਫਿਰ ਅਸੀਂ ਕੋਈ ਹੋਰ ਕੰਮ ਕਰਨਾ। ਜੀ, ਅਤੇ ਉਸਤਾਦ ਤੋਂ ਇਲਾਵਾ ਵੀ ਅਗਰ ਸਾਨੂੰ ਕੋਈ ਮਿਲਦਾ ਜਿਹੜਾ ਗੁਣਵਾਨ ਆ, ਤਾਂ ਝੱਕਣਾ ਨਹੀਂ ਆ ਜੀ ਗੁਣ ਲੈਣ ਵਾਸਤੇ ਕਦੀ ਵੀ, ਕਿਉਂਕਿ ਗੁਰਮਤਿ ਦਾ ਤਾਂ ਸਿਧਾਂਤ ਆ, ਹੈ ਨਾ, ਸਾਂਝ ਖਰੀਜੈ ਗੁਣ ਹੈ ਕੇਰੀ ਛੋਟ ਅਵਗੁਣ ਚੱਲੇ। ਸੋ ਭਾਈ ਸਾਹਿਬ, ਗੁਰਮਤਿ ਸੰਗੀਤ ਦੀ ਫਿਰ ਸਿੱਖਿਆ ਕਿੱਥੋਂ ਲੈਣੀ ਆਰੰਭ ਕੀਤੀ? ਹਾਂਜੀ, ਮੇਰੇ ਜਿਹੜੇ ਗੁਰਮਤਿ ਸੰਗੀਤ ਦੀ ਸਿੱਖਿਆ ਦੀ ਸ਼ੁਰੂਆਤ ਆ ਨਾ, ਪ੍ਰੋਫੈਸਰ ਬੂਟਾ ਸਿੰਘ ਜੀ ਹੰਸਪਾਲ ਜੀ, 1991 ਦੇ ਵਿੱਚ ਮੈਨੂੰ ਉਹਨਾਂ ਕੋਲ ਜਾਣ ਦਾ ਮੌਕਾ ਮਿਲਿਆ, ਅਤੇ ਅੱਜ ਮੈਂ ਜੋ ਕੁਛ ਵੀ ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਜੋ ਉਹਨਾਂ ਨੇ ਦਾਤ ਬਖਸ਼ੀ ਹੈ ਪ੍ਰੋਫੈਸਰ ਬੂਟਾ ਸਿੰਘ ਜੀ ਨੇ ਗੁਰਮਤਿ ਸੰਗੀਤ ਦੀ, ਉਹਦੀ ਬਦੌਲਤ ਹੈ ਸਾਰਾ ਕੁਛ ਜੀ। ਗੱਲਬਾਤ ਅਸੀਂ ਇਸੇ ਤਰ੍ਹਾਂ ਕਰਦੇ ਰਹਾਂਗੇ, ਔਰ ਮੈਂ ਹੁਣ ਚਾਹੁੰਦਾ ਕਿ ਸੰਗਤ ਦੇ ਨਾਲ ਇੱਕ ਸ਼ਬਦ ਦੀ ਤੁਸੀਂ ਸਾਂਝ ਜ਼ਰੂਰ ਪਾਓ। ਠੀਕ ਹੈ, ਸਤਿ ਵਜਨ ਭਾਈ ਸਾਹਿਬ। ਪੈਸਾ, ਬਹੁਤ ਆਨੰਦ ਆਇਆ ਆਪ ਜੀ ਨੇ ਸਾਨੂੰ ਨਿਵਾਜਿਆ, ਬਹੁਤ ਧੰਨਵਾਦ ਸ਼ਬਦ ਸਰਵਣ ਕਰਾ ਕੇ। ਅੱਛਾ, ਜਦੋਂ ਪੈਸਾ ਵਿੱਚ ਨਾ ਯਾਦਾਂ ਜੁੜੀਆਂ ਹੀ ਹੁੰਦੀਆਂ, ਬੰਦਾ ਜਦੋਂ ਸਿੱਖਦਾ ਕੁਝ ਨਾ ਕੁਝ ਆਪਣੇ ਪ੍ਰੋਫੈਸਰ ਸਾਹਿਬਾਨ ਕੋਲ, ਟੀਚਰ ਸਾਹਿਬਾਨ ਕੋਲ, ਜਦੋਂ ਤੁਸੀਂ ਸਰਦਾਰ ਬੂਟਾ ਸਿੰਘ ਜੀ ਹੋਰਾਂ ਕੋਲੋਂ ਸਿੱਖਦੇ ਸੀ, ਕੋਈ ਨਾ ਕੋਈ ਤੁਹਾਡੀ ਅਜਿਹੀ ਕੋਈ ਯਾਦ ਉਹਨਾਂ ਦੇ ਨਾਲ ਜੁੜੀ ਹੋਈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਮੈਂ ਜਿਸ ਤਰ੍ਹਾਂ ਹੁਣੇ ਤੁਹਾਨੂੰ ਦੱਸਿਆ ਇੱਕ ਗੱਲ ਕਿ ਅੱਕਣਾ ਨਹੀਂ, ਥੱਕਣਾ ਨਹੀਂ ਅਤੇ ਝੱਕਣਾ ਨਹੀਂ। ਕੀ ਬਾਤ ਹੈ, ਬੜੀ ਵਡਮੁੱਲੀ, ਮੈਂ ਤਾਂ ਪਹਿਲੀ ਵਾਰੀ ਸੁਣ ਰਿਹਾ। ਔਰ ਹਾਂਜੀ, ਮੈਂ ਇਹ ਚੀਜ਼ ਜਿਹੜੀ ਜਦੋਂ ਸਿੱਖਣਾ ਸ਼ੁਰੂ ਕੀਤਾ ਨਾ, ਇਹ ਚੀਜ਼ ਮੈਨੂੰ ਸਮਝ ਉਸ ਵੇਲੇ ਆਈ ਪਹਿਲੀ ਵਾਰੀ, ਕਿ ਮੈਂ ਉਸਤਾਦ ਜੀ ਕੋਲ, ਮੈਨੂੰ ਕੋਈ ਲੈ ਕੇ ਗਿਆ ਪ੍ਰੋਫੈਸਰ ਬੂਟਾ ਸਿੰਘ ਜੀ ਕੋਲ, ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੁਛ ਆਉਂਦਾ? ਮੈਂ ਕਿਹਾ ਹਾਂਜੀ ਜੀ, ਮੈਂ ਆਪੇ ਸ਼ਬਦ ਕੱਢ ਲੈਂਦਾ। ਉਹ ਕਹਿੰਦੇ ਜੀ ਸੁਣਾਓ। ਮੈਂ ਹਾਰਮੋਨੀਅਮ ਦੇ ਉੱਤੇ ਉਦੋਂ ਇੱਕ ਕੰਪੋਜ਼ ਕੀਤਾ ਸੀਗਾ ਸ਼ਬਦ, ਗੁਰੂ ਸਾਹਿਬ ਜੀ ਨੇ ਕਰਵਾਇਆ, ਹੇ ਰੱਬ ਹੇ ਸੱਸ ਹੇ ਕਰੁਣਾ ਨਿਤ ਮੇਰੀ ਅਵੈ ਬਿਨਤੀ ਸੁਣ ਲੀਜੇ। ਮੈਂ ਉਹਨਾਂ ਨੂੰ ਸੁਣਾਇਆ ਅਤੇ ਉਹ ਕਹਿੰਦੇ ਕਿ ਠੀਕ ਹੈ। ਉਹਨਾਂ ਮੈਨੂੰ ਦੂਸਰੇ ਬੱਚੇ ਨੂੰ ਅੱਗੇ ਸੱਦ ਲਿਆ ਅਤੇ
ਮੈਂ ਗਿਆ, ਰੋਜ਼ ਮੈਂ ਜਾਣਾ, ਦੋ ਦਿਨ, ਚਾਰ ਦਿਨ, ਹਫ਼ਤਾ, ਦਸ ਦਿਨ ਹੋ ਗਏ ਤਾਂ ਮੈਨੂੰ ਉਹਨਾਂ ਨੇ ਕੋਈ ਸਬਕ ਨਾ ਦਿੱਤਾ। 10-12 ਦਿਨ ਵੇਟ ਕਰਕੇ ਤਾਂ ਮੈਂ ਫਿਰ ਨਾ ਉਸਤਾਦ ਜੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਉਸਤਾਦ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਕੀਰਤਨ ਸਿੱਖਣ ਵਾਸਤੇ ਆਇਆ ਅਤੇ ਮੇਰੇ 'ਤੇ ਵੀ ਕਿਰਪਾ ਕਰੋ। ਉਹਨਾਂ ਨੇ ਮੈਨੂੰ ਜਿਹੜੀ ਗੱਲ ਕਹੀ ਉਹ ਮੈਨੂੰ ਹੁਣ ਵੀ ਯਾਦ ਆ ਔਰ ਮੇਰੇ ਖਿਆਲ ਕਦੇ ਵੀ ਨਹੀਂ ਭੁੱਲਣੀ। ਉਹਨਾਂ ਕਿਹਾ ਕਿ ਬੇਟਾ ਕੀਰਤਨ ਤਾਂ ਤੁਹਾਨੂੰ ਅੱਗੇ ਆਉਂਦਾ ਹੈ ਅਤੇ ਤੁਸੀਂ ਮੇਰੇ ਕੋਲੋਂ ਕੀ ਸਿੱਖਣਾ ਹੈ। ਅੱਛਾ, ਕਿਆ ਬਾਤ। ਅਤੇ ਮੈਨੂੰ ਉਹ ਗੱਲ ਦੀ ਨਾ ਉਦੋਂ ਸਮਝ ਆ ਗਈ ਕਿ ਨਹੀਂ, ਸ਼ੁਰੂਆਤ ਇੱਥੋਂ ਆ, ਸਾਰਾ ਸਮਰਪਣ ਕਰਨਾ ਹੀ ਪੈਣਾ। ਉਹਨਾਂ ਨੇ ਫਿਰ ਮੈਨੂੰ ਇੱਕ ਗੱਲ ਕਹੀ ਕਿ ਅਗਰ ਕੀਰਤਨ ਸਿੱਖਣਾ ਤਾਂ ਜੋ ਤੇਰੇ ਅੰਦਰ ਪਹਿਲਾਂ ਹੈਗਾ ਉਹ ਸਾਰਾ ਜਿਹੜਾ ਉਹ ਭੁੱਲਣਾ ਪੈਣਾ ਜੀ, ਜੇ ਤੂੰ ਭੁੱਲ ਸਕਦਾ ਤਾਂ ਆ ਜਾਏਗਾ। ਮੈਨੂੰ ਯਾਦ ਹੈ ਮੈਂ ਜਿਸ ਤਰ੍ਹਾਂ ਹੁਣ ਤੁਹਾਨੂੰ ਕਿਹਾ ਕਿ ਅੱਕਣਾ ਨਹੀਂ ਅਤੇ ਥੱਕਣਾ ਨਹੀਂ, ਹੈ ਨਾ। ਉਹਨਾਂ ਤਕਰੀਬਨ 4 ਮਹੀਨੇ ਬਾਅਦ ਮੈਨੂੰ ਜਦੋਂ ਮੇਰੀ ਅਰੋਬਰ ਉਹਨਾਂ ਦੇ ਹਿਸਾਬ ਨਾਲ ਜਦੋਂ ਠੀਕ ਹੋਈ ਫਿਰ ਉਹਨਾਂ ਨੇ ਸ਼ਬਦ ਦੀ ਜਿਹੜੀ ਪਹਿਲੀ ਪੰਕਤੀ ਹੈ ਨਾ ਫਿਰ ਉਹਨਾਂ ਨੇ ਮੈਨੂੰ ਕਰਵਾਈ। ਕਿੰਨਾ ਕਿੰਨੀ ਦੇਰ ਲਗਾਤਾਰ ਸਿੱਖਦੇ ਰਹੇ ਤੁਸੀਂ? ਉਹਨਾਂ ਕੋਲੋਂ ਸਿੱਖਣ ਦਾ ਮੌਕਾ ਜਿਹੜਾ ਤਕਰੀਬਨ 4-5 ਸਾਲ ਮੈਂ। ਫਿਰ ਦਰਬਾਰ ਸਾਹਿਬ ਕਦੋਂ ਸੇਵਾ ਮਿਲੀ ਤੁਹਾਨੂੰ? ਦਰਬਾਰ ਸਾਹਿਬ ਮੈਂ 2006 ਦੇ ਵਿੱਚ ਐਜ਼ ਏ ਤਾਂਬੂਰਾ ਵਾਦਕ ਗੁਰੂ ਸਾਹਿਬ ਜੀ ਨੇ ਸੇਵਾ ਲਈ ਸ਼ੁਰੂਆਤ ਵਿੱਚ। ਹਾਂਜੀ ਭਾਈ ਸਾਹਿਬ, ਜਦੋਂ ਤੁਸੀਂ ਸਰਦਾਰ ਬੂਟਾ ਸਿੰਘ ਜੀ ਹੋਰਾਂ ਕੋਲੋਂ ਸਿੱਖਣ ਵਾਸਤੇ ਜਾਂਦੇ ਸੀ ਜੀ, ਉਦੋਂ ਮਨ ਦੇ ਵਿੱਚ ਇੱਦਾਂ ਦਾ ਕੁਛ ਸੀ ਕਿ ਇਹਨੂੰ ਪ੍ਰੋਫੈਸ਼ਨ ਬਣਾਉਣਾ ਹੈ ਜਾਂ ਸ਼ੌਕੀਆ ਜਾਂਦੇ ਸੀ ਸਿੱਖਣ ਵਾਸਤੇ? ਅਸੀਂ ਅਕਸਰ ਨਾ ਪਰਮਾਤਮਾ ਨੂੰ ਉਲਾਮਾ ਦਿੰਦੇ ਹਾਂ ਜੀ, ਸ਼ਿਕਾਇਤਾਂ ਕਰਦੇ ਹਾਂ ਕਈ ਵਾਰੀ, ਕੋਈ ਮਾੜਾ ਕੰਮ ਹੋ ਜਾਵੇ ਨਾ ਕਿ ਅਸੀਂ ਕਹਿੰਦੇ ਹਾਂ ਕਿ ਤੈਨੂੰ ਆਹ ਨਹੀਂ ਸੀ ਕਰਨਾ ਚਾਹੀਦਾ, ਆਹ ਤੂੰ ਸਾਡੇ ਨਾਲ ਚੰਗਾ ਨਹੀਂ ਕੀਤਾ, ਆਹ ਮਾੜਾ ਕੀਤਾ। ਪਰ ਮੈਨੂੰ ਲੱਗਦਾ ਕਿ ਉਹ ਸਾਡੇ ਤੋਂ ਬਹੁਤ ਵੱਡਾ ਪਲੈਨਰ ਹੈ ਜੀ, ਸਾਡੀ ਜਿਹੜੀ ਪਲੈਨਿੰਗ ਹੈ ਉਹ ਬਹੁਤ ਛੋਟੀ ਹੁੰਦੀ ਹੈ, ਪਰਮੇਸ਼ਰ ਦੀ ਜਿਹੜੀ ਪਲੈਨਿੰਗ ਹੈ ਉਹ ਬਹੁਤ ਵੱਡੀ ਹੁੰਦੀ ਹੈ। ਮੇਰੇ ਸੱਟ ਨਾਲ ਲੱਗਦੀ, ਮੈਂ ਪੇਪਰ ਦੇ ਲੈਂਦਾ ਅਤੇ ਮੈਂ ਗ੍ਰੈਜੂਏਸ਼ਨ ਪੂਰੀ ਕਰਕੇ ਜਾਂ ਟੀਚਿੰਗ ਲਾਈਨ ਜੁਆਇਨ ਕਰਨੀ ਸੀ ਜਾਂ ਮੈਂ ਇੰਜੀਨੀਅਰਿੰਗ ਲਾਈਨ ਜੁਆਇਨ ਕਰਨੀ ਸੀ। ਗੁਰੂ ਸਾਹਿਬ ਜੀ ਨੇ ਉਹ ਇੱਕ ਵਿਧ ਐਵੇਂ ਦੀ ਬਣਾਈ, ਉਸ ਲਾਈਨ ਦੇ ਨਾਲੋਂ ਤੋੜ ਕੇ ਮੈਨੂੰ ਕੀਰਤਨ ਵਾਲੇ ਪਾਸੇ ਪੱਕੇ ਤੌਰ 'ਤੇ ਜੋੜਿਆ। ਦੱਸ ਸਿੰਘ ਜੀ, ਇੱਥੇ ਸਾਨੂੰ ਸਿੱਖਣ ਨੂੰ ਇੱਕ ਇਹ ਗੱਲ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਆਪਣਾ ਜੋ ਨਜ਼ਰੀਆ ਹੈ ਉਹ ਹਾਂ ਪੱਕੀ ਰੱਖਣਾ ਚਾਹੀਦਾ। ਕਈ ਵਾਰੀ ਅਸੀਂ ਨਾ ਪੱਕੀ ਹੋ ਜਾਂਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਆਹ ਹੋ ਰਿਹਾ, ਆਹ ਹੋ ਰਿਹਾ, ਬੰਦਾ ਦੁਖੀ ਹੁੰਦਾ, ਪਰ ਜਦੋਂ ਹਾਂ ਪੱਕੀ ਹੋ ਕੇ ਚੱਲੇਗਾ ਕਿ ਜੋ ਵੀ ਕਰ ਰਿਹਾ ਪਰਮਾਤਮਾ ਕਰ ਰਿਹਾ, ਆਪਣੇ ਆਪ ਨੂੰ ਸੈੱਟ ਕਰਾਂਗੇ ਮਾਨਸਿਕ ਤੌਰ 'ਤੇ ਅਸੀਂ ਕਿ ਜੋ ਵੀ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ, ਜੋ ਹੋ ਰਿਹਾ ਚੰਗਾ ਹੋ ਰਿਹਾ, ਅਤੇ ਫਿਰ ਸ਼ਾਇਦ ਜ਼ਿੰਦਗੀ ਵੀ ਹਸੀਨ ਹੋ ਜਾਵੇਗੀ। ਸੋ ਭਾਈ ਸਾਹਿਬ, ਜਦੋਂ ਤੁਸੀਂ ਭਾਈ ਸਿੱਖ ਲਿਆ ਕੀਰਤਨ, ਤੁਸੀਂ ਉਹਨਾਂ ਕੋਲ ਗੁਰਮਤਿ ਸਿੰਘ ਦੀ ਤਾਲੀਮ ਲੈ ਲਈ, ਫਿਰ ਤੁਸੀਂ ਇੱਧਰ ਪ੍ਰੋਫੈਸ਼ਨ ਦੇ ਤੌਰ 'ਤੇ ਕਿਵੇਂ ਆਏ ਗਏ? ਪੜ੍ਹਾਈ ਤੋਂ ਜਗਦਮ ਮੈਂ ਇਸ ਪਾਸੇ ਡਾਈਵਰਟ ਹੋਇਆ ਅਤੇ ਪਹਿਲਾਂ ਮੈਂ ਸਾਈਡ 'ਤੇ ਕੀਰਤਨ ਜਿਹੜਾ ਆਰੰਭ ਕੀਤਾ ਸੀਗਾ ਦਰਬਾਰ ਸਾਹਿਬ ਦੇ ਰਾਗੀ ਸਿੰਘ ਉਹਨਾਂ ਦੇ ਨਾਲ ਸਾਈਡ 'ਤੇ, ਭਾਈ ਜਸਵੀਰ ਸਿੰਘ ਜੀ ਜੀ ਉਹਨਾਂ ਨਾਲ ਮੈਂ ਸਾਈਡ 'ਤੇ, ਫਿਰ ਭਾਈ ਰਣਧੀਰ ਸਿੰਘ ਜੀ ਉਹਨਾਂ ਦੇ ਨਾਂ 'ਚ, ਉਹਨਾਂ ਨਾਲ ਵੀ ਮੈਂ ਸਾਈਡ 'ਤੇ ਕੀਰਤਨ ਕੀਤਾ, ਭਾਈ ਸਰਬਜੀਤ ਸਿੰਘ ਜੀ ਉਹਨਾਂ ਨਾਲ ਵੀ ਗੁਰੂ ਸਾਹਿਬ ਜੀ ਨੇ ਸਮਾਂ ਦਿੱਤਾ। ਇੱਕ ਇੱਥੇ ਬੜੀ ਧਿਆਨ ਦੇਣ ਵਾਲੀ ਗੱਲ ਆ, ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਪਹਿਲੀ ਵਾਰੀ ਮੇਰੇ ਕੋਲੋਂ ਸੇਵਾ ਲਈ ਹੈ ਦਰਬਾਰ ਸਾਹਿਬ ਦੇ ਵਿੱਚ ਐਜ਼ ਏ ਤਬਲਾ ਵਾਦਕ ਲਈ ਹੈ। ਕਿਆ ਬਾਤ ਹੈ! ਅੱਛਾ, ਜਦੋਂ ਤੁਸੀਂ ਪਹਿਲੀ ਵਾਰੀ ਕੀਰਤਨ ਕੀਤਾ ਦਰਬਾਰ ਸਾਹਿਬ? ਪਹਿਲੀ ਵਾਰੀ ਦਰਬਾਰ ਸਾਹਿਬ ਅੰਦਰ ਉੱਥੇ ਬੈਠ ਕੇ ਕੀਰਤਨ ਦੀ ਸੇਵਾ ਲਈ ਹੈ ਗੁਰੂ ਸਾਹਿਬ ਜੀ ਨੇ, ਪਹਿਲੀ ਵਾਰੀ ਐਜ਼ ਏ ਤਬਲਾ ਵਾਦਕ ਦੇ ਤੌਰ 'ਤੇ ਲਈ ਹੈ, ਫਿਰ ਸਹਾਇਕ ਰਾਗੀ ਦੇ ਤੌਰ 'ਤੇ, ਫਿਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜੀ ਜਥੇਦਾਰੀ ਰਾਗੀ ਦੇ ਤੌਰ 'ਤੇ। ਕਿਆ ਬਾਤ! ਅੱਛਾ ਭਾਈ ਸਾਹਿਬ, ਸਭ ਤੋਂ ਪਹਿਲਾਂ ਜਦੋਂ ਸੰਗਤ ਦੇ ਵਿੱਚ ਤੁਸੀਂ ਸੰਗਤ ਦੇ ਦਰਮਿਆਨ ਆਉਂਦੇ ਸਨਮੁੱਖ ਹੋ ਕੇ ਕੀਰਤਨ ਕੀਤਾ, ਕਿਹੜੀ ਸਟੇਜ ਸੀ ਉਹ ਅਤੇ ਉਦੋਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ? ਕੀਰਤਨ ਸਿੱਖਣਾ ਔਰ ਕੀਰਤਨ ਕਰਨਾ ਜੀ, ਇਹ ਦੋਨੋਂ ਵੱਖਰੇ ਵੱਖਰੇ ਪਹਿਲੂ ਨੇ। ਅੱਛਾ, ਤੇ ਕੀਰਤਨ ਸਿੱਖ ਕੇ
ਜਿੰਨਾ ਮਨ ਨੂੰ ਸ਼ਾਂਤੀ ਮਿਲਦੀ ਸੀ ਜਦੋਂ ਪਹਿਲੀ ਵਾਰੀ ਕੀਰਤਨ ਕੀਤਾ ਨਾ, ਤਾਂ ਉਦੋਂ ਮਨ ਨੂੰ ਬਹੁਤ ਤਸੱਲੀ ਹੋਈ ਕਿ ਇੱਕ ਕੁਛ ਪ੍ਰਾਪਤ ਹੈ ਇਹਦੇ ਵਿੱਚ, ਬਿਲਕੁਲ ਆਨੰਦ। ਤਾਂ ਫਿਰ ਤਾਂ ਗੁਰੂ ਸਾਹਿਬ ਜੀ ਨੇ ਸ਼ੈਬਰ ਲਾ ਦਿੱਤੀ। ਕਿਆ ਬਾਤ ਹੈ। ਅਤੇ ਭਾਈ ਸਾਹਿਬ, ਅਸੀਂ ਇੱਥੇ ਇੱਕ ਕੁਸ਼ਚਨ ਪੁੱਛਣਾ ਚਾਹਾਂਗੇ। ਅਕਸਰ ਸੰਗਤ ਦੇ ਮਨ ਦੇ ਵਿੱਚ ਹੁੰਦੀ ਹੈ, ਹਰੇਕ ਸਿੱਖ ਜਿਹੜਾ ਦੁਨੀਆ ਭਰ ਦੇ ਵਿੱਚ ਵੱਸਦਾ, ਉਹਦੀ ਪਹਿਲੀ ਚਾਹ ਇਹ ਹੁੰਦੀ ਹੈ ਕਿ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕੀਤੇ ਜਾਣ, ਜੇ ਦਰਸ਼ਨ ਕਰਨੇ ਆ ਫਿਰ ਅੰਦਰ ਬਹਿ ਕੇ ਕੀਰਤਨ ਜ਼ਰੂਰ ਸਰਵਣ ਕੀਤਾ ਜਾਵੇ, ਕਿਉਂਕਿ ਮਾਹੌਲ ਹੀ ਇੰਨਾ ਰੂਹਾਨੀਅਤ ਭਰਿਆ ਉੱਥੇ। ਤੁਹਾਡੇ ਨਾਲ ਕੀਰਤਨ ਕਰਨ ਦੇ ਦੌਰਾਨ ਕੋਈ ਅਜਿਹਾ ਵਾਪਰਿਆ ਕੁਛ ਜਿਹੜਾ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਏ, ਕੋਈ ਵੀ ਤਜ਼ਰਬਾ ਹੋਵੇ, ਕੋਈ ਇਹੋ ਜਿਹੀ ਯਾਦ ਹੋਵੇ? ਵੈਸੇ ਤਾਂ ਕਾਫੀ ਨੇ ਐਵੇਂ ਦੇ ਨਿੱਕੇ ਨਿੱਕੇ ਜਿਹੜੇ ਇੰਸੀਡੈਂਟਸ ਜਿਹੜੇ ਯਾਦ ਰੱਖਣ ਵਾਲੇ, ਪਰ ਇੱਕ ਜਿਹੜਾ ਨਾ ਇੰਸੀਡੈਂਟਸ ਐਵੇਂ ਦਾ ਜਿਹੜਾ ਕਦੀ ਭੁੱਲਿਆ ਨਹੀਂ ਜਾ ਸਕਦਾ। ਹਾਂਜੀ। ਉਸ ਚੀਜ਼ ਦਾ ਮਨ ਦੇ ਉੱਤੇ ਬਹੁਤ ਅਸਰ ਆਇਆ। ਅਸਰ ਇਹ ਹੋਇਆ ਕਿ ਅਸੀਂ ਕਹਿੰਦੇ ਜ਼ਰੂਰ ਸੀਗੇ ਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਉੱਥੇ, ਤਾਂ ਰੂਟੀਨ ਵਿੱਚ ਹੀ ਅਸੀਂ ਮਤਲਬ ਕਿ ਉੱਥੇ ਡਿਊਟੀ ਤੋਂ 15-20 ਮਿੰਟ ਪਹਿਲਾਂ ਹੈ ਨਾ ਪਹੁੰਚਣਾ ਹੁੰਦਾ। ਅਸੀਂ ਜਦੋਂ 1:45 ਗਏ ਹਾਂ ਅਤੇ ਸਾਡਾ ਤਬਲੇ ਵਾਲਾ ਸਿੰਘ ਜਿਹੜਾ ਨਾ ਉਹ ਨਹੀਂ ਸੀ ਆਇਆ ਜੀ। ਅਸੀਂ ਥੋੜ੍ਹਾ ਕੁ ਚਿਰ ਵੇਟ ਕੀਤੀ ਕਿ ਚਲੋ ਸ਼ਾਇਦ 5-7 ਮਿੰਟ ਤੱਕ ਆ ਜਾਓ, ਨਹੀਂ ਆਇਆ। ਉਹਨੂੰ ਕਾਲ ਕੀਤੀ ਅਤੇ ਕਾਲ ਨਹੀਂ ਸੀ ਉਹ ਪਿੱਕ ਕਰ ਰਿਹਾ। ਅੱਛਾ ਜੀ। ਅਤੇ ਜਦੋਂ ਉਹਨੇ ਕਾਲ 2-3 ਮਿੰਟ ਪਹਿਲਾਂ ਪਿੱਕ ਕੀਤੀ ਹੈ ਤਾਂ ਉਹਨੇ ਕਿਹਾ ਕਿ ਮੈਂ ਤਾਂ ਘਰ ਬਿਮਾਰ ਬਹੁਤ ਜ਼ਿਆਦਾ। ਜਦੋਂ ਉਹਨੇ ਕਿਹਾ ਸਾਨੂੰ ਕਿ ਮੈਂ ਤਾਂ ਬਿਮਾਰ ਬਹੁਤ ਹਾਂ, ਮੇਰੇ ਕੋਲ ਆਇਆ ਨਹੀਂ ਜਾਣਾ, ਅਤੇ ਅਸੀਂ ਫਿਰ ਬਾਹਰ ਪਰਿਕਰਮਾ ਦੇ ਵਿੱਚ ਖੜ੍ਹੇ ਹੋ ਕੇ ਨਾ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ, ਨਾ ਤਾਂ ਡਿਊਟੀ ਅਸੀਂ ਕਦੀ ਕੀਤੀ ਹੈ ਅਤੇ ਨਾ ਅਸੀਂ ਕਰਦੇ ਹਾਂ ਅਤੇ ਨਾ ਅਸੀਂ ਡਿਊਟੀ ਕਰ ਸਕਦੇ ਹਾਂ ਜੀ। ਆਪ ਜੀ ਕਿਰਪਾ ਕਰੋ, ਆਪਣੀ ਜਿਹੜੀ ਇਹ ਸੇਵਾ ਡਿਊਟੀ ਆ ਇਹ ਆਪ ਲੈ ਲਓ। ਅਸੀਂ ਇਹ ਅਰਦਾਸ ਬੇਨਤੀ ਕਰਕੇ ਅਤੇ ਅੰਦਰ ਚਲੇ ਗਏ। ਭਾਈ ਵਿਰਿਆਮ ਸਿੰਘ ਜੀ, ਯਕੀਨ ਕਰਨ ਵਾਲੀ ਗੱਲ, ਇੱਕ ਸਿੰਘ ਤਬਲਾ ਲੈ ਕੇ ਨਾ ਅੱਗੇ ਖਲੋਤਾ। ਕਿਆ ਬਾਤ ਹੈ। ਅਤੇ ਅਸੀਂ ਉਹਨੂੰ ਪੁੱਛਿਆ ਕਿ ਤੁਸੀਂ ਸੇਵਾ ਕਰਨ ਵਾਸਤੇ ਆਏ ਹੋ? ਕਹਿੰਦਾ ਹਾਂਜੀ, ਮੈਨੂੰ ਭੇਜਿਆ ਅਸੀਂ। ਕਹਿੰਦੇ ਪੁੱਛਾਂਗੇ ਬਾਅਦ ਕਿ ਕਿਹਨੇ ਭੇਜਿਆ, ਪਹਿਲਾਂ ਅਸੀਂ ਡਿਊਟੀ ਕੀਤੀ। ਅੱਛਾ ਜੀ। ਤਾਂ ਉਹ ਇੱਕ ਇੰਸੀਡੈਂਟਸ ਐਵੇਂ ਦਾ ਹੈ ਜਿਹੜਾ ਮਤਲਬ ਕਿ ਮੈਂ ਹੁਣ ਦੱਸਦਾ ਰਿਹਾ, ਪਰ ਮੇਰੇ ਦੱਸਣ ਦੀ ਹਿੰਮਤ ਨਹੀਂ ਹੈ, ਕਿਉਂਕਿ ਉਹ ਚੀਜ਼ ਨਾ ਮਹਿਸੂਸ ਕਰਨ ਵਾਲੀ ਹੈ। ਬਿਲਕੁਲ। ਇਹ ਪ੍ਰਤੱਖ ਆ ਕਿ ਗੁਰੂ ਸਾਹਿਬ ਜੀ ਡਿਊਟੀ ਜਿਹੜੀ ਹੈ ਨਾ ਉਹ ਆਪ ਲੈਂਦੇ। ਗੱਲਬਾਤ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਨਿਰੰਤਰ। ਅਸੀਂ ਚਾਹੁੰਦੇ ਹਾਂ ਕਿ ਮਾਹੌਲ ਬੜਾ ਕਮਾਲ ਦਾ ਬਣਿਆ ਹੋਇਆ, ਇੱਕ ਸ਼ਬਦ ਦੀ ਸਾਂਝ ਤੁਸੀਂ ਸੰਗਤ ਨਾਲ ਜ਼ਰੂਰ ਪਾ ਦਿਓ। ਪਰ
ਕਿਆ ਬਾਤ ਹੈ ਭਾਈ ਸਾਹਿਬ, ਬਹੁਤ ਆਨੰਦ ਵਜਾ। ਕਿੰਨੀ ਵਾਕਈ ਸੁਰੀਲੀ ਆਵਾਜ਼ ਔਰ ਸੁਰੀਲਾ ਕੰਠ ਜਦੋਂ ਸ਼ਬਦ ਗਾਇਨ ਕਰਦਾ, ਬਹੁਤ ਖੁਸ਼ਗਵਾਰ ਮਾਹੌਲ ਬਣਦਾ, ਬੜਾ ਰੂਹਾਨੀ ਸਕੂਨ ਬਣਦਾ, ਆਨੰਦ ਬਣਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲ ਦਾ। ਸੋ ਅਗਲਾ ਸਵਾਲ ਭਾਈ ਸਾਹਿਬ ਇਹ ਹੈ ਕਿ ਤੁਸੀਂ ਤਾਨਪੁਰੇ ਨਾਲ ਵੀ ਕੀਰਤਨ ਕਰ ਰਹੇ ਹੋ, ਤੰਤੀ ਸਾਜ਼ਾਂ ਦੇ ਵੀ ਮਾਹਿਰ ਹੋ, ਤੰਤੀ ਸਾਜ਼ ਨਾਲ ਕੀਰਤਨ ਕਰਨਾ ਸੁਖਾਲਾ ਹੁੰਦਾ ਹੈ ਜਾਂ ਫਿਰ ਹਾਰਮੋਨੀਅਮ ਦੇ ਨਾਲ? ਇਹਦੇ ਵਿੱਚੋਂ ਇੱਕ ਦੱਸਣਾ ਤੁਸੀਂ। ਗੁਰੂ ਸਾਹਿਬ ਜੀ ਨੇ ਸਿਰਫ ਤਾਨਪੁਰੇ 'ਤੇ ਹੀ ਜਿਹੜੀ ਕੀਰਤਨ ਦੀ ਸੇਵਾ ਹੈ ਨਾ, ਉਹਦੀ ਬਖਸ਼ਿਸ਼ ਕੀਤੀ ਹੈ। ਮੈਂ ਤੰਤੀ ਸਾਜ਼ ਹੋਰ ਮੈਂ ਨਹੀਂ। ਤਾਨਪੁਰੇ ਦੇ ਨਾਲ ਕੀਰਤਨ ਕਰਨਾ ਤਾਂ ਵਾਕਈ ਮੈਂ ਜੋ ਸੁਣਿਆ ਕਿ ਬੜਾ ਔਖਾ ਹੁੰਦਾ ਹੈ, ਸੁਰਾਂ ਦੇ ਵਿੱਚ ਪਕੜ ਰੱਖਣੀ, ਹਾਰਮੋਨੀਅਮ ਦੇ ਨਾਲ ਤਾਂ ਹੋ ਸਕਦੀ ਹੈ ਸੁਖਾਲਾ ਕੰਮ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਤਾਨਪੁਰੇ 'ਤੇ ਕੀਰਤਨ ਕਰਨਾ ਅਤੇ ਹਾਰਮੋਨੀਅਮ 'ਤੇ ਕੀਰਤਨ ਕਰਨਾ ਬਿਲਕੁਲ ਤੁਸੀਂ ਉਹਨੂੰ ਐਵੇਂ ਲੈ ਸਕਦੇ ਹਾਂ। ਫਰਕ ਇੰਨਾ ਕੀ ਆ ਕਿ ਇੱਕ ਤਾਂ ਜਿਹੜਾ ਹਾਰਮੋਨੀਅਮ 'ਤੇ ਕੀਰਤਨ ਕਰਨਾ, ਅਤੇ ਤੁਹਾਡੇ ਕੋਲ ਸੜਕ ਤਿਆਰ ਆ, ਪੂਰੀ ਰੋਡ ਪੂਰਾ ਬਣਿਆ ਹੋਇਆ, ਹਾਈਵੇ ਆ, ਗੱਡੀ ਤਿਆਰ ਕਰ, ਤਾਂ ਗੱਡੀ ਤੁਹਾਡੇ ਕੋਲ ਆ ਅਤੇ ਤੁਸੀਂ ਤੁਰ ਪੈਣਾ। ਜਿਹੜਾ ਤਾਨਪੁਰੇ 'ਤੇ ਕੀਰਤਨ ਕਰਨਾ ਉਹ ਤੁਸੀਂ ਸੜਕ ਵੀ ਰਸਤਾ ਵੀ ਆਪ ਬਣਾਉਣਾ, ਆਪ ਤੈਅ ਕਰਨਾ, ਕਿਉਂਕਿ ਰਸਤਾ ਵੀ ਆਪ ਬਣਾਉਣਾ ਪੈਂਦਾ, ਆਪ ਚੱਲਣਾ ਪੈਂਦਾ। ਠੀਕ ਹੈ ਜੀ। ਔਖਾ ਜ਼ਰੂਰ ਹੈ, ਜਿੱਥੇ ਤਾਨਪੁਰੇ ਦੇ ਨਾਲ ਕੀਰਤਨ ਕਰਨਾ ਜਿੰਨਾ ਔਖਾ ਹੈ ਅਤੇ ਸੁਣਨਾ ਉਸ ਤੋਂ ਵੀ ਜ਼ਿਆਦਾ ਔਖਾ। ਅੱਛਾ, ਇਹ ਸੱਚੀ ਗੱਲ ਹੈ ਕਿ ਜਦੋਂ ਤੰਤੀ ਸਾਜ਼ ਦੇ ਨਾਲ ਜਾਂ ਤਾਨਪੁਰੇ ਨਾਲ ਕੀਰਤਨ ਕੀਤਾ ਜਾਂਦਾ, ਉਦੋਂ ਕੋਈ ਬੌਧਿਕ ਤੌਰ 'ਤੇ ਹਿਲਚੁਲ ਨਹੀਂ ਹੋਰ ਕੋਈ ਬੰਦਾ ਕਰ ਸਕਦਾ? ਇੱਕਦਮ ਰਿਲੈਕਸ ਰਹਿਣਾ ਪੈਂਦਾ, ਇੱਕੋ ਪਾਸੇ ਧਿਆਨ ਰੱਖਣਾ ਪੈਂਦਾ, ਕਿਉਂਕਿ ਹਾਰਮੋਨੀਅਮ 'ਤੇ ਚੱਲਦਿਆਂ ਚੱਲਦਿਆਂ ਕਈ ਦਫ਼ਾ ਇੱਧਰ ਉੱਧਰ ਸੁਰਤ ਚਲ ਜਾਂਦੀ ਹੈ। ਤਾਨਪੁਰੇ ਦੇ ਆਪਣੀ ਸੁਰ ਬਣਾਈ ਰੱਖਣ ਵਾਸਤੇ ਉੱਥੇ ਹੀ ਟਿਕਾ ਰੱਖਣਾ ਪੈਂਦਾ, ਇਹ ਸਹੀ ਹੈ? ਹਾਂਜੀ, ਬਿਲਕੁਲ ਠੀਕ ਹੈ। ਹਾਰਮੋਨੀਅਮ 'ਤੇ ਕੀਰਤਨ ਕਰਨ ਨਾਲ ਥੋੜ੍ਹਾ ਵਿੱਚ ਹਾਰਮੋਨੀਅਮ ਦਾ ਬੇਸ ਮਿਲਣ ਕਰਕੇ ਥੋੜ੍ਹਾ ਸਾਹ ਵੀ ਮਿਲ ਜਾਂਦਾ, ਸਹਾਇਤਾ ਵੀ ਮਿਲ ਜਾਂਦੀ ਹੈ। ਪਰ ਤਾਨਪੁਰੇ ਦੇ ਨਾਲ ਕੀਰਤਨ ਕਰਨ ਲੱਗਿਆ ਸਾਰਾ ਕੁਛ ਜਿਹੜਾ ਨਾ ਇਹ ਸੁਚੇਤ ਰੱਖਣਾ। ਦਰਬਾਰ ਸਾਹਿਬ 'ਤੇ ਕੀਰਤਨ ਕਰਨ ਤੋਂ ਪਹਿਲਾਂ ਕੀ ਕਰਦੇ ਰਹੇ ਹੋ ਤੁਸੀਂ? ਜੋ ਦਰਬਾਰ ਸਾਹਿਬ ਕੀਰਤਨ ਨਹੀਂ ਸੀ ਕਰਦੇ ਜਦੋਂ ਹਜ਼ੂਰੀ ਰਾਗੀ ਨਹੀਂ ਸੀ, ਇਹ ਤੋਂ ਪਹਿਲਾਂ ਦੇ ਸਮੇਂ ਫਿਰ ਮਨਿੰਦਰ ਸਿੰਘ ਹੋਰੀ ਕੀ ਕਰਦੇ ਰਹੇ? ਮੈਟ੍ਰਿਕ ਤੋਂ ਬਾਅਦ ਥੋੜ੍ਹਾ ਸਮਾਂ ਫੋਟੋਗ੍ਰਾਫੀ ਸਿੱਖੀ ਜੀ ਸ਼ੌਕੀਆ ਤੌਰ 'ਤੇ ਜੀ, ਅਤੇ ਮੈਂ ਆਪਣੇ ਪਿਤਾ ਜੀ ਦੇ ਨਾਲ ਇੰਡਸਟਰੀ ਦੇ ਵਿੱਚ ਥੋੜ੍ਹੀ ਬਹੁਤੀ ਹੈਲਪ ਵੀ ਕਰਦਾ ਸੀਗਾ, ਪਰ ਮੇਰਾ ਧਿਆਨ ਨਹੀਂ ਸੀ ਹੈਗਾ, ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਪ੍ਰੋਫੈਸ਼ਨਲੀ ਕੀਰਤਨ ਜਿਹੜਾ ਨਾ ਇਸ ਲਾਈਨ ਦੇ ਵਿੱਚ ਆਉਣਾ। ਅਕਸਰ ਇਹ ਕਿਹਾ ਵੀ ਜਾਂਦਾ ਹੈ ਕਿ ਇੱਕ ਜਿਹੜਾ ਰਾਗੀ ਹੁੰਦਾ ਹੈ, ਸੰਗੀਤ ਨੂੰ ਜਾਣਨ ਵਾਲਾ ਹੁੰਦਾ, ਉਹਦਾ ਹਿਰਦਾ ਬਹੁਤ ਕੋਮਲ ਹੁੰਦਾ। ਇਹ ਵੀ ਦੇਖਿਆ ਤੁਸੀਂ ਫੈਸਲੇ ਬੜੇ ਸਖਤ ਸੁਣਾਉਂਦੇ ਹੋ ਕਈ ਵਾਰ, ਗਾਓ ਸੱਚੀ ਬਾਣੀ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਜਜਮੈਂਟ ਦੀ ਭੂਮਿਕਾ ਨਿਭਾਉਂਦੇ ਹੋ। ਇੱਕ ਰਾਗੀ ਬੱਚਿਆਂ ਨੂੰ ਰਿਜੈਕਟ ਕਰ ਰਿਹਾ ਕਿ ਤੁਸੀਂ ਇਹਦੇ ਵਿੱਚ ਪਰਫੈਕਟ, ਉਹ ਮਾਹੌਲ ਕਿਹੋ ਜਿਹਾ ਹੁੰਦਾ, ਉਹਨੂੰ ਕਿਵੇਂ ਸੰਭਾਲਦੇ ਹੋ ਸਾਰੇ ਸਾਰੇ ਕੁਛ ਨੂੰ? ਸੱਚਾਈ ਇਹ ਹੈ ਵਰਿਆਮ ਸਿੰਘ ਜੀ ਕਿ ਮਨ ਬਹੁਤ ਦੁਖਦਾ। ਅੱਛਾ ਜੀ। ਜਦੋਂ ਕਿਸੇ ਨੂੰ ਅਸੀਂ ਪ੍ਰਤੀਯੋਗਤਾ ਦੇ ਵਿੱਚੋਂ ਬਾਹਰ ਕੱਢਦੇ ਹਾਂ ਨਾ, ਜਾਂ ਮੇਰੇ ਡਿਸੀਜਨ ਕਰਕੇ ਕੋਈ ਪ੍ਰਤੀਯੋਗੀ ਬਾਹਰ ਜਾਂਦਾ ਤਾਂ ਬਹੁਤ ਮਨ ਦੁਖਦਾ, ਕਿਉਂਕਿ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜਨ ਵਾਸਤੇ, ਗੁਰਬਾਣੀ ਸੰਗੀਤ ਦੇ ਨਾਲ ਜੋੜਨ ਵਾਸਤੇ, ਗੁਰਮਤਿ ਸੰਗੀਤ ਦੇ ਨਾਲ ਜੋੜਨ ਵਾਸਤੇ, ਇਨਕਰੇਜ ਕਰਨ ਵਾਸਤੇ ਜੀ, ਐਵੇਂ ਦੇ ਜਿਹੜੇ ਕੰਪੀਟੀਸ਼ਨ ਨੇ ਇਹ ਹੋਣੇ ਚਾਹੀਦੇ। ਭਾਈ ਮਨਿੰਦਰ ਸਿੰਘ, ਜਦੋਂ ਮਨੁੱਖ ਦੇ ਵਿੱਚ ਕੋਈ ਵਿਸ਼ੇਸ਼ਤਾ ਆਉਂਦੀ ਹੈ, ਉਹਨੇ ਵਿਸ਼ੇਸ਼ਤਾ ਹੀ ਹੈ ਜਿਹੜੀ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਦਿੱਤੀ ਹੈ, ਤੁਸੀਂ ਸੁਰੀਲਾ ਕੀਰਤਨ ਕਰਦੇ ਹੋ, ਜਦੋਂ ਉਹਦੇ ਵਿੱਚ ਕੋਈ ਵਿਸ਼ੇਸ਼ ਗੁਣ ਆਉਂਦਾ ਹੈ ਤਾਂ ਆਟੋਮੈਟਿਕਲੀ ਉਹਦੇ ਦੁਨੀਆ ਉਹਦੇ ਵੱਲ ਖਿੱਚੀ ਚਲੀ ਜਾਂਦੀ ਹੈ, ਆਕਰਸ਼ਿਤ ਹੁੰਦੀ ਹੈ, ਉਹਨੂੰ ਪਿਆਰ ਕਰਦੀ ਹੈ ਕਿ ਕਿਆ ਬਾਤ ਹੈ, ਸਤਿਕਾਰ ਕਰਦੀ ਹੈ।
ਤੁਹਾਡੇ ਵੀ ਬਹੁਤ ਸਾਰੇ ਅਜਿਹੇ ਪ੍ਰਸ਼ੰਸਕ ਹੋਣਗੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ, ਤੁਹਾਡੇ ਸੰਗੀਤ ਗੁਰਮਤਿ ਸੰਗੀਤ ਨੂੰ ਪਿਆਰ ਕਰਦੇ, ਤੁਹਾਡੇ ਗਾਇਨ ਕੀਤੇ ਸ਼ਬਦਾਂ ਨੂੰ ਪਿਆਰ ਕਰਦੇ ਆ। ਕਦੀ ਕੋਈ ਅਜਿਹਾ ਪ੍ਰਸ਼ੰਸਕ ਮਿਲਿਆ ਜਿਹਨੇ ਕੋਈ ਗੱਲ ਕਹੀ ਹੋਵੇ ਭਾਈ ਮਨਿੰਦਰ ਸਿੰਘ ਨੂੰ ਅਤੇ ਅੱਜ ਤੱਕ ਯਾਦ ਹੈ ਉਹ? ਕੀਰਤਨ ਕਰਨ ਕਰਕੇ ਸੰਗਤ ਦੇ ਨਾਲ ਮੇਲ ਜੋਲ ਜਿਹੜਾ ਹੁੰਦਾ, ਔਰ ਸੰਗਤ ਕੀਰਤਨ ਦਾ ਕਰਕੇ ਜੁੜਦੀ ਹੈ ਸਾਡੇ ਨਾਲ, ਤਾਂ ਕਾਫੀ ਸਾਰੀਆਂ ਸੰਗਤਾਂ ਮਤਲਬ ਕਿ ਸਾਨੂੰ ਐਵੇਂ ਦੇ ਦੱਸਦੀਆਂ ਵੀ ਨੇ, ਮੈਸੇਜ ਵੀ ਕਰਦੀਆਂ ਐਵੇਂ ਦੇ ਸਾਨੂੰ ਮਤਲਬ ਕਿ ਗੱਲਬਾਤ ਰਾਹੀਂ। ਕਈ ਇਹ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਕੀਰਤਨ ਕਰਦੇ ਹਾਂ ਤਾਂ ਸਾਨੂੰ ਐਵੇਂ ਮਹਿਸੂਸ ਹੁੰਦਾ ਕਿ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਹਮਣੇ ਬੈਠ ਕੇ ਕੀਰਤਨ ਸੁਣਾ ਰਹੇ ਆ। ਅਤੇ ਮੈਂ ਅਕਸਰ ਇਹੋ ਬੇਨਤੀ ਕਰਦਾ ਹੁੰਦਾ ਕਿਉਂਕਿ ਸਾਡਾ ਆਪਣਾ ਕੁਛ ਨਹੀਂ ਆ, ਜੋ ਕੁਛ ਵੀ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਿੱਤਾ। ਬਹੁਤ ਪਿਆਰੀ ਅਤੇ ਵੱਡੀ ਭਾਵਨਾ ਤੁਹਾਡੀ। ਅੱਛਾ ਭਾਈ ਸਾਹਿਬ, ਇੱਕ ਕੀਰਤਨੀਏ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਆ, ਕਿਹੜੇ ਸੰਸਕਾਰ ਇਹੋ ਜਿਹੇ ਹੋਣੇ ਚਾਹੀਦੇ ਆ ਜਿਹਨਾਂ ਨਾਲੋਂ ਇੱਕ ਪਰਫੈਕਟ ਕੀਰਤਨੀਆ ਬਣਦਾ? ਕਿਉਂਕਿ ਕੀਰਤਨੀਏ 'ਤੇ ਸਮਾਜ ਦੀ ਨਜ਼ਰ ਹੁੰਦੀ ਹੈ, ਉਹ ਕੌਮ ਨੂੰ ਰੀਪ੍ਰਜੈਂਟ ਕਰ ਰਿਹਾ ਹੁੰਦਾ, ਉਹ ਗੁਰੂ ਘਰ ਦਾ ਰਾਗੀ ਹੁੰਦਾ, ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਕਿਹੜੇ ਗੁਣ ਉਹਦੇ ਵਿੱਚ ਹੋਣੇ ਚਾਹੀਦੇ ਆ? ਬੜਾ ਵਧੀਆ ਸਵਾਲ ਹੈ ਭਾਈ ਵਰਿਆਮ ਸਿੰਘ ਜੀ, ਕਿਉਂਕਿ ਅੱਜ ਕੱਲ੍ਹ ਨੌਜਵਾਨ ਬੱਚੇ ਹੁਣ ਕੀਰਤਨ ਸਿੱਖ ਰਹੇ ਨੇ, ਛੋਟੀ ਉਮਰ ਤੋਂ ਹੀ ਕਈਆਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ, ਕਈ ਅੱਧ ਵਿਚਾਲੇ ਜਾ ਕੇ ਸਿੱਖਦੇ ਨੇ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਆ, ਸਿੱਖਣਾ ਤਾਂ ਜ਼ਰੂਰੀ ਹੈ ਹੀ ਹੈ, ਕਿਉਂਕਿ ਸਿੱਖ ਦਾ ਕੰਮ ਹੀ ਜਿਹੜਾ ਵਾ ਉਹਦਾ ਉਮਰ ਦੇ ਨਾਲ ਕੋਈ ਤਕਾਜ਼ਾ ਨਹੀਂ ਆ। ਸਿੱਖ ਦੀ ਉਮਰ ਭਾਵੇਂ 4 ਸਾਲ ਹੈ, 5 ਸਾਲ ਆ, ਸਿੱਖ ਦੀ ਉਮਰ ਭਾਵੇਂ 50 ਸਾਲ ਹੈ, ਭਾਵੇਂ 80 ਸਾਲ ਆ, ਜਦੋਂ ਸਿੱਖ ਆ ਉਹਨੇ ਅਖੀਰ ਤੱਕ ਸਿੱਖਣਾ। ਕੀਰਤਨ ਦੇ ਨਾਲ ਨਾਲ ਕੀਰਤਨ ਦੇ ਜਿਹੜੇ ਸੰਸਕਾਰ ਨੇ ਉਹ ਜ਼ਿਆਦਾ ਜ਼ਰੂਰੀ ਨੇ। ਇਹ ਨਹੀਂ ਕਿ ਤੁਸੀਂ ਮਤਲਬ ਕਿ ਇਕੱਲਾ ਕੀਰਤਨ ਸਿੱਖਿਆ ਹੋਵੇ ਅਤੇ ਤੁਹਾਨੂੰ ਗੁਰਬਾਣੀ ਦੇ ਬਾਰੇ ਨਾ ਪਤਾ ਹੋਵੇ, ਗੁਰੂ ਦੇ ਇਤਿਹਾਸ ਦੇ ਬਾਰੇ ਨਾ ਪਤਾ ਹੋਵੇ, ਬਿਲਕੁਲ ਹੈ ਨਾ, ਬਿਲਕੁਲ। ਅਤੇ ਮੈਂ ਜਿਹੜੇ ਨੌਜਵਾਨ ਕੀਰਤਨੀਆਂ ਨੇ ਜਿਹੜੇ ਅੱਜ ਕੀਰਤਨ ਹੁਣ ਸਿੱਖ ਰਹੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਕੀਰਤਨ ਵੀ ਸਿੱਖੋ ਅਤੇ ਕੀਰਤਨ ਦੇ ਸੰਸਕਾਰ ਜ਼ਰੂਰ ਸਿੱਖੋ, ਕੀਰਤਨ ਦੇ ਨਾਲ ਨਾਲ ਬਾਣੀ ਦੇ ਨਾਲ ਜੁੜੋ, ਨਿਤਨੇਮ ਦੇ ਧਾਰਨੀ ਹੋਵੋ, ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸ਼ਬਦ ਕੰਠ ਕਰੋ, ਆਪਣਾ ਜਿਹੜਾ ਜੀਵਨ ਆ ਉਹ ਚੇਰਾ ਰੱਖੋ। ਸੋ ਭਾਈ ਸਾਹਿਬ, ਵਾਕਈ ਤੁਹਾਨੂੰ ਖੇਡਾਂ ਦਾ ਸ਼ੌਂਕ ਰਿਹਾ, ਵੇਖਣ ਨੂੰ ਵੀ ਲੱਗਦਾ, ਸਰੀਰ ਤੁਹਾਡਾ ਬਹੁਤ ਰਿਸ਼ਟ ਪੁਸ਼ਟ ਹੈ, ਤੁਸੀਂ ਫਿੱਟ ਹੋ, ਹੈ ਨਾ। ਕਈ ਵਾਰੀ ਇੱਦਾਂ ਹੁੰਦਾ ਨਾ ਸਾਡੇ ਇਸ ਪ੍ਰੋਫੈਸ਼ਨ ਦੇ ਵਿੱਚ ਸਰੀਰ ਥੋੜ੍ਹੇ ਭਾਰੇ ਹੋ ਜਾਂਦੇ ਆ, ਕਸਰਤ ਘੱਟ ਜਾਂਦੀ ਹੈ, ਅਤੇ ਤੁਹਾਡੀ ਚੱਲਦੀ ਰਹਿੰਦੀ ਹੈ ਇਸ ਤਰ੍ਹਾਂ ਫਿਰ? ਮੈਂ ਓਨੈਸਟਲੀ ਤੁਹਾਨੂੰ ਦੱਸਦਾ ਕਿ ਅੱਜ ਕੱਲ੍ਹ ਤਾਂ ਨਹੀਂ ਮੈਂ ਜ਼ਿਆਦਾ ਕਸਰਤ ਕਰਦਾ, ਪਰ ਮੈਨੂੰ ਜੇ ਸਪੋਰਟਸ ਦਾ ਕਾਫੀ ਸ਼ੌਂਕ ਰਿਹਾ ਹੈ, ਸਕੂਲ ਟਾਈਮ ਵੀ, ਕਾਲਜ ਟਾਈਮ ਵੀ। ਵਾਕਈ ਭਾਈ ਸਾਹਿਬ, ਬਹੁਤ ਆਨੰਦ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੀ ਮਨਸ਼ਾ ਇਹੀ ਹੁੰਦੀ ਹੈ ਕਿ ਅੱਜ ਕਿਸੇ ਮੁਕਾਮ 'ਤੇ ਜਿਹੜੇ ਤੁਸੀਂ ਪਹੁੰਚੇ ਹੋ, ਸਾਡੇ ਨੌਜਵਾਨ ਵੀ ਉੱਥੋਂ ਸੇਧ ਲੈਣ। ਇਸ ਕਰਕੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਖਸੀਅਤਾਂ ਨੂੰ ਅਸੀਂ ਸੱਦਾ ਦਿੰਦੇ ਹਾਂ, ਉਹਨਾਂ ਦੇ ਕੋਲ ਜਾ ਕੇ ਬੈਠਦੇ ਹਾਂ, ਕੁਛ ਸਿੱਖਦੇ ਹਾਂ, ਕੋਈ ਗੱਲਬਾਤ ਕਰਦੇ ਹਾਂ, ਬਹੁਤ ਆਨੰਦ ਆਉਂਦਾ। ਸੋ ਸਤਸੰਗ ਜੀ, ਤੁਸੀਂ ਕਿਵੇਂ, ਕਿਉਂਕਿ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਨੂੰ ਅਸੀਂ ਜਦੋਂ ਵੀ ਦੇਖਦੇ ਹਾਂ, ਕੀਰਤਨ ਕਰਦੇ ਹਾਂ, ਦੇਖਦੇ ਹਾਂ, ਹਜ਼ੂਰੀ ਰਾਗੀ ਦੇ ਤੌਰ 'ਤੇ ਜਾਣਦੇ ਹਾਂ, ਔਰ ਉਹਨਾਂ ਦੇ ਜੀਵਨ ਦੇ ਜਿਹੜੇ ਪਹਿਲੂ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ, ਉਮੀਦ ਕਰਦੇ ਹਾਂ ਤੁਸੀਂ ਇਹਦਾ ਭਰਪੂਰ ਲਾਹਾ ਲਓਗੇ, ਕਾਫੀ ਆਨੰਦ ਪ੍ਰਾਪਤ ਕੀਤਾ ਹੋਵੇਗਾ, ਔਰ ਤੁਸੀਂ ਇਸ ਪ੍ਰੋਗਰਾਮ ਨੂੰ ਜ਼ਰੂਰ ਪਸੰਦ ਕਰੋਗੇ। ਇਸੇ ਤਰ੍ਹਾਂ ਦੀ ਇੱਕ ਹੋਰ ਸ਼ਖਸੀਅਤ ਦੇ ਨਾਲ ਲੈ ਕੇ ਤੁਹਾਡੇ ਨਾਲ ਫਿਰ ਦੁਬਾਰਾ ਮੁਲਾਕਾਤ ਹੋਵੇਗੀ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ। ਉਦੋਂ ਤੱਕ ਦੇ ਲਈ ਵਰਿਆਮ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।